वेलकम वेलकम बैक टू माय चैनल बीए सेमेस्टर 2 पंजाबी लाचमी ਦੇ ਵਿੱਚ ਆਪਾਂ ਸ਼ਾਰਟ ਕੁਐਸ਼ਨਸ ਕਰ ਰਹੇ ਆ ਪਿੱਛੇ ਤੋਂ ਸਟਾਰਟ ਕੀਤੇ ਨੇ ਬਿਕੋਜ਼ ਪਿਛਲੇ ਵਾਲੇ ਕੁਐਸ਼ਨ ਜਿਹੜੇ ਆ ਆਪਾਂ ਬਿਲਕੁਲ ਵੀ ਨਹੀਂ ਸੀ ਹੱਥ ਲਗਾਏ ਸੋ ਤਾਂ ਕਰਕੇ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਕਰਨੀ ਸਿਰਫ ਇੱਕ ਵਾਰ ਪੜ੍ਹ ਲਓ ਸੁਣ ਲਓ ਤੁਹਾਨੂੰ ਯਾਦ ਹੋ ਜਾਊਗਾ ਠੀਕ ਹੈ ਸੋ ਸਾਲ ਹੈ ਮੋਤੇ ਕਾਲੀਏ ਨਿਬੰਧਾ ਵਿਸ਼ਾ ਕੀ ਹੈ ਇਹਦਾ ਮੈਂ ਲੌਂਗ ਕੁਐਸ਼ਨ ਵੀ ਪਾਇਆ ਹੋਇਆ ਹੈ 25 26 ਦੀ ਵੰਧ ਜਿਹੜੀ ਨੇ ਮੈਂ ਕਰਵਾ ਚੁੱਕੀ ਹਾਂ ਜਿਨ੍ਹਾਂ ਨੇ ਉਹ ਚੈੱਕ ਆਊਟ ਨਹੀਂ ਕੀਤੇ ਚੈੱਕ ਆਊਟ ਕਰ ਲਿਓ ਇੱਕ ਬਹੁਤ ਸਾਰੇ ਬੱਚਿਆਂ ਦਾ ਕੁਐਸਚਨ ਹੈ ਮੈਡਮ ਪ੍ਰੈਸ ਰਿਪੋਰਟ ਵਾਲਾ ਕੁਐਸਚਨ ਤਾਂ ਉਹ ਵੀ ਮੈਂ ਪਾਇਆ ਹੋਇਆ ਹੈ ਹੈਂਡ ਰਿਟਨ ਨੋਟਸ ਦੇ ਵਿੱਚ ਵੀ ਪਲੱਸ ਮੈਂ ਹੁਣ ਤੁਹਾਨੂੰ ਬੁੱਕ ਦੇ ਵਿੱਚ ਉਹ ਵੀ ਥੋੜੀ ਦੇਰ ਤੱਕ ਪਾ ਦਾਂਗੀ ਠੀਕ ਹੈ ਉਥੋਂ ਤੁਹਾਨੂੰ ਸਮਝ ਆ ਜਾਊਗੀ ਕਿ ਤੁਸੀਂ ਕਿੱਦਾਂ ਲਿਖਣਾ ਸੋ ਸਾਲ ਹੈ ਮੋਤ ਕਾਲੀ ਨੇ ਬੰਦਾ ਵਿਸ਼ਾ ਕੀ ਹੈ ਕਿ ਮੌਤ ਨੂੰ ਜਦੋਂ ਮਤਲਬ ਕਿ ਇਹ ਮੌਤ ਦੀ ਜਿਹੜੀ ਕਵਿਤਾ ਹੈਗੀ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਉਸ ਦੇ ਵਿਚਲੇ ਪ੍ਰਭਾਵ ਮਹੱਤਵ ਅਤੇ 파ਮਾ ਨੂੰ ਬਿਆਨ ਕੀਤਾ ਗਿਆ ਹੈ ਅਤੇ ਇਹ ਕਿਹਾ ਗਿਆ ਹੈ ਕਿ ਕਿਸ ਤਰ੍ਹਾਂ ਕਵਿਤਾ ਵਿਚਲੇ ਸਧਾਰਨ ਅਤੇ ਪੰਨੇ ਤੋਂ ਬਾਹਰ ਆਣ ਦੇ ਨਾਲ ਕਵਿਤਾ ਜਿਹੜੀ ਅੱਗੇ ਨੂੰ ਤੁਰ ਜਾਂਦੀ ਹੈ ਕਵਿਤਾ ਦੇ ਪੈਰ ਲੱਗ ਜਾਂਦੇ ਹਨ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਮੌਤ ਨੂੰ ਉਸ ਦੇ ਕਿਹੜੇ ਕਾਫ ਸੰਗ੍ਰਹਿ ਚ ਦਰਜ ਹੈ ਸਾਵੇਂ ਪੱਤਰ ਚ ਮਾਸੀ ਨਿੱਧਕੋਰ ਕਿਹੜੀ ਕਵਿਤਾ ਗੁੰਗੁਣਾ ਰਹੀ ਸੀ ਸਾਲ ਹੈ ਮੋਤੇ ਕਾਲੀਏ ਮੈਂ ਅਜੇ ਨਾ ਵੇਲੀ ਲੇਕਿਨ ਉਹ ਕੀ ਕਹਿੰਦੀ ਹੈ ਮੈਂ ਹੁਣ ਵੇਲੀ ਹਾਂ ਹਨ ਤਾਂ ਉਹ ਅੱਗੇ ਆਪਣੀ ਤੁਕ ਜੋੜ ਦਿੰਦੀ ਹੈ ਤਾਂ ਉਹ ਉਸ ਤੋਂ ਬਾਅਦ ਹੈ ਮੌਤ ਨੂੰ ਕਵੀ ਦੀ ਕਿਹੜੀ ਸਤਰ ਸੀ ਜਿਹੜੀ ਗਾਉਣ ਵਾਲੀ ਕੁੜੀ ਦੇ ਕੰਠ ਵਿੱਚ ਰਹਿ ਗਈ ਸੀ ਅਜੇ ਨਾ ਮੈਂ ਆਪਣੇ ਹਾਨ ਦਾ ਮੈਂ ਚੁਣਿਆ ਮਾਹੀ ਠੀਕ ਹੈ ਸੋ ਇਹ ਵਾਲੀ ਲਾਈਨ ਜਿਹੜੀ ਸੀਗੀ ਇਹ ਰਹਿ ਗਈ ਸੀ ਵਿੱਚ ਵਿਚਾਰੇ ਤਾਂ ਇਹ ਜਿਹੜੀ ਲਾਈਨ ਅੱਗੇ ਜੋੜਤੀ ਸੀ ਲੜਕੀਆਂ ਨੇ ਠੀਕ ਹੈ ਤੇ ਉਹ ਉਹਦਾ ਮੂੰਹ ਦੇਖ ਰਹੀ ਸੀ ਵੀ ਜਦੋਂ ਇਹ ਵਾਲੀ ਲਾਈਨ ਗਾਏਗੀ ਤਾਂ ਉਹਦਾ ਫੇਸ ਦਾ ਕਲਰ ਕੀ ਹੋਏਗਾ ਵੀ ਕਿਵੇਂ ਹਨਾ ਉਹ ਰਿਐਕਟ ਕਰੂਗੀ ਤਾਂ ਉਹ ਜਿਹੜੀ ਇਹ ਸੰਗ ਦੇ ਮਾਰੇ ਉਹਦੇ ਕੰਠ ਤੇ ਵਿੱਚ ਇਹ ਚੀਜ਼ ਰਹਿ ਜਾਂਦੀ ਹੈ ਕਵਿਤਾ ਲੋਕਾਂ ਦੀ ਸਿਮਰਤੀ ਵਿੱਚ ਕਿਸ ਤਰ੍ਹਾਂ ਦਾ ਸਥਾਨ ਰੱਖਦੀ ਹੈ ਕਵਿਤਾ ਜਿਹੜੀ ਹੈ ਕਿਤਾਬ ਦੇ ਪੰਨੇ ਤੋਂ ਬਾਹਰ ਆ ਕੇ ਲੋਕਾਂ ਦੀ ਸਿਮਰਤੀ ਯਾਨਕੀ ਮੈਮਰੀ ਦੇ ਵਿੱਚ ਸਥਾਨ ਪ੍ਰਾਪਤ ਕਰ ਲੈਂਦੀ ਹੈ ਕਿਉਂਕਿ ਅਗਰ ਉਹ ਕਵਿਤਾ ਸਾਨੂੰ ਯਾਦ ਹੈ ਕਿਉਂਕਿ ਮਾਸੀ ਨਿੱਦਕੌਰ ਨੂੰ 90 ਸਾਲ ਦੀ ਉਮਰ 'ਚ ਕਵਿਤਾ ਯਾਦ ਸੀ ਤਾਂ ਕਹਿੰਦੇ ਅਗਰ ਤੁਹਾਨੂੰ ਇਹ ਕਵਿਤਾ ਯਾਦ ਹੈ ਤਾਂ ਉਹ ਅਸਲੀ ਘਰ ਹੈ ਤੁਹਾਡਾ ਠੀਕ ਹੈ ਉਸ ਕਵਿਤਾ ਦਾ ਜਿਹੜਾ ਤੁਹਾਡੇ ਬ੍ਰੇਨ ਦੇ ਅੰਦਰ ਹੀ ਸੈੱਟ ਹੋ ਗਈ ਪੰਨੇ ਤੋਂ ਬਾਹਰ ਨਿਕਲ ਕੇ ਕਵਿਤਾ ਜਿਹੜੀ ਹੈ ਜੀਨ-ਥੀਨ ਦੇ ਤਾਲ ਤੱਕ ਪਹੁੰਚ ਜਾਂਦੀ ਹੈ ਕਿਤਾਬ ਦੇ ਪੰਨੇ ਤੋਂ ਆ ਕੇ ਕਵਿਤਾ ਕਿਵੇਂ ਜੁੜਦੀ ਰਹਿੰਦੀ ਹੈ ਤਾਂ ਇਹ ਸਿਮਰਤੀ ਦਾ ਹੰਗ ਬਣ ਜਾਂਦੀ ਹੈ ਲੋਕਾਂ ਨੇ ਉਹਨਾਂ ਦੇ ਜੀਣ ਠੀਣ ਤੇ ਤਾਲ ਨਾਲ ਜੁੜ ਜਾਂਦੀ ਹੈ ਅਤੇ ਜਦ ਕਿ ਪੰਨੇ ਤੇ ਰਹਿਣ ਵਾਲੀਆਂ ਕਵਿਤਾਵਾਂ ਆਪਣੀ ਉਮਰ ਪੰਨੇ ਤੇ ਹੀ ਗੁਜ਼ਾਰ ਦਿੰਦੀਆਂ ਨੇ ਹੁਣ ਜਿਹੜੀਆਂ ਪੇਜੀਸ ਚ ਐ ਜਿਨ੍ਹਾਂ ਨੂੰ ਕੋਈ ਸੁਣਦਾ ਦੇਖਦਾ ਬੋਲਦਾ ਨਹੀਂ ਗਾਉਂਦਾ ਨਹੀਂ ਤਾਂ ਉੱਥੇ ਹੀ ਰਹਿੰਦੀਆਂ ਨੇ ਪਰ ਜੇ ਕੋਈ ਕਵਿਤਾ ਫੇਮਸ ਹੋ ਜਾਂਦੀ ਐ ਤੇ ਉਹ ਜਿਹੜੀ ਐ ਤੁਰਦੀ ਤੁਰਦੀ ਅੱਗੇ ਉਹਦੇ ਪੈਰ ਲੱਗ ਜਾਂਦੇ ਨੇ ਠੀਕ ਐ ਅਤੇ ਉਹ ਜਿਹੜੀ ਹੈਗੀ ਐ ਦੀਵੇ ਦੇ ਵਿੱਚ ਵੱਡੀ ਹੋ ਕੇ ਅਗਲੇ ਉਸ ਜਿਹੜੀ ਹੈਗੀ ਅੱਗੇ ਚਲਦੀ ਰਹਿੰਦੀ ਐ ਤਾਂ ਜਿਵੇਂ ਕਿ ਮੌਤ ਨੂੰ ਕਵਿਤਾ ਜਿਹੜੀ ਸੀ ਉਹਦੀ ਅੰਤਿਮ ਲਾਈਨ ਸੰਗ ਦੇ ਕਰਕੇ ਕੁੜੀ ਦੇ ਕੰਠ ਚ ਰਹਿ ਗਈ ਜਿਹੜੀ ਕਿ 17-18 ਸਾਲ ਦੀ ਕੁੜੀ ਸੀ ਤਾਂ ਜਿਹੜੇ ਸ਼ਰੋਤੇ ਸੁਣ ਰਹੇ ਸੀਗੇ ਜਿਹੜੇ ਲੜਕੇ ਉਹਨਾਂ ਨੇ ਆਪਣੇ ਆਪ ਇਸ ਨੂੰ ਪੂਰਾ ਕਰਤਾ ਅਤੇ ਬੁੱਢੀ ਸੀ ਨੇ ਵੀ ਜਦੋਂ ਕਵਿਤਾ ਬੋਲੀ ਤਾਂ ਅੰਤ 'ਚ ਜਾ ਕੇ ਉਸਨੇ ਆਪਣੇ ਕੋਲੋਂ ਇੱਕ ਲਾਈਨ ਜੋੜਤੀ ਸੀ ਕਿ ਲੈ ਮੈਂ ਹੁਣ ਵੇਲੀ ਆ ਤਾਂ ਇਸ ਨਾਲ ਕੀ ਹੋ ਗਈ ਕਵਿਤਾ ਅੱਗੇ ਤੁਰ ਪਈ 90 ਸਾਲ ਤੱਕ ਪਹੁੰਚ ਕੇ ਮਾਸੀ ਨੂੰ ਕੀ ਕੁਝ ਯਾਦ ਸੀ ਤਾਂ ਮਾਸੀ ਨੂੰ ਜਿਹੜੀ ਸੀਗੀ ਗੁਰਬਾਣੀ ਜਪਜੀ ਸਾਹਿਬ ਕੀਰਤਨ ਸੋਲਾ ਰਹਿਰਾ ਸਾਹਿਬ ਠੀਕ ਹੈ ਨਵੇਂ ਮਲੇ ਦੇ ਸ਼ਲੋਕ ਤੋਂ ਇਲਾਵਾ ਪਾਈ ਗੁਰਦਾਰ ਜੀ ਦੀਆਂ ਬਾਣ ਕਬੀਰ ਦੇ ਦੋਹੇ ਫਰੀਦ ਜੀ ਦੀ ਬਾਣੀ ਵੀ ਯਾਦ ਸੀ ਉਸ ਨੂੰ ਸਾਵੇਂ ਪੱਤਰ ਦੀ ਕਵਿਤਾ ਮੌਤ ਵੀ ਯਾਦ ਸੀਗੀ ਠੀਕ ਹੈ ਮੌਤ ਨੂੰ ਅਤੇ ਉਹ ਕਹਿੰਦੀ ਹੈ ਕਿ ਬਾਣੀ ਉਸ ਨੂੰ ਜਿਉਂਦਾ ਰੱਖਦੀ ਹੈ ਸ਼ੁਕਰ ਹੈ ਉਸ ਨੂੰ ਬਾਣੀ ਯਾਦ ਹੈ ਤਾਂ ਲੇਖਕ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਯਾਦ ਕਰਨ ਨਾਲ ਜਿਉਂਦੇ ਹਾਂ ਭੁੱਲਣ ਨਾਲ ਤਾਂ ਅਸੀਂ ਮਰ ਜਾਂਦੇ ਹਾਂ ਤਾਂ ਸਾਨੂੰ ਚੀਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਉਹ ਬਾਣੀ ਦਾ ਹਵਾਲਾ ਕਰਦਾ ਹੋਇਆ ਕਹਿੰਦਾ ਹੈ ਕਿ ਉਸ ਨੂੰ ਜਾਬਦਾ ਜੇ ਜਿਹੜੀ ਚੀਜ਼ ਜਿਉਣ ਲਈ ਜ਼ਰੂਰੀ ਨਹੀਂ ਉਸ ਨੂੰ ਸਿਮਰਤੀ ਤੋਂ ਚੀਜ਼ ਆਪਣੇ ਨਾਲ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਅਸੀਂ ਜਿਹੜੇ ਹਾਂ ਅਗਰ ਉਸ ਨੂੰ ਅਲੱਗ ਨਹੀਂ ਕਰਾਂਗੇ ਤਾਂ ਵੀ ਅਸੀਂ ਮਰ ਜਾਾਂਗੇ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਹੈ ਜੇ ਮੌਤ ਨੂੰ ਕਵਿਤਾ ਬਚ ਗਈ ਹੈ ਤਾਂ 마ਸੀ ਦਾ ਉਸ ਦੇ ਬਿਨਾ ਸਰਦਾ ਨਹੀਂ ਹੋਣਾ ਕਿਉਂਕਿ ਆਬਵੀਅਸਲੀ ਉਹਦੀ ਜਿਹੜੀ ਹੈ ਮਰਨ ਦੀ ਉਮਰ ਹੈ ਕੀ ਮੌਤ ਨੂੰ ਕਵਿਤਾ ਵਿੱਚ ਭयंकर ਮੌਤ ਭयंकर ਦੱਸੀ ਗਈ ਹੈ ਨਹੀਂ ਜਿਉਣ ਦਾ ਅੰਗ ਦੱਸੀ ਗਈ ਹੈ ਮੌਤ ਦਾ ਚਿਹਰਾ ਸਧਾਰਨ ਅਤੇ ਘਰੇਲੂ ਹੈ ਲੇਖਕ ਕਿਵੇਂ ਮੌਤ ਨੂੰ ਕਵਿਤਾ ਦੀ ਜੜ ਤੇ ਪੰਜਾਬੀ ਕਾਪ ਪਰੰਪਰਾ ਦੀ ਥਾਂ ਤੇ ਲੋਕਧਾਰਾ ਵਿੱਚ ਮੰਨਦਾ ਹੈ। ਲੇਖਕ ਦਾ ਵਿਚਾਰ ਹੈ ਕਿ ਮੌਤ ਨੂੰ ਕਵਿਤਾ ਦੀ ਜੜ ਪੰਜਾਬੀ ਕਾਪ ਪਰੰਪਰਾ ਵਿੱਚ ਨਹੀਂ ਸਗੋਂ ਲੋਕਧਾਰਾ ਦੇ ਵਿੱਚ ਹੈ ਕਿਉਂਕਿ ਇਸੀ সুর ਲੋਕਗੀਤ ਵਾਲੀ ਹੈ ਅਤੇ ਆਵਾਜ਼ ਇਸਤਰੀ ਵਾਲੀ ਹੈ। ਪੰਜਾਬ ਦੀ ਇਸਤਰੀ ਲੋਕਗੀਤਾਂ ਵਿੱਚ ਖੁੱਲਕੇ ਬੋਲਦੀ ਹੈ ਅਤੇ ਪੁਰਖ ਪ੍ਰਧਾਨ ਹੈ ਕਿਉਂਕਿ ਪੈਟਰੀਆਰਕੀ ਸੁਸਾਇਟੀ ਤਾਂ ਜਿਹੜੀ ਹੈ ਇਸਤਰੀਆਂ ਦੀ ਆਵਾਜ਼ ਗਾਇਬ ਹੈ ਪਰ ਉਹ ਅਨਸਰ ਦੇ ਨੂੰ ਜਿਹੜੀ ਹੈ ਇਸਤਰੀ ਬੋਲਦੀ ਹੈ ਤਾਂ ਇਸ ਕਵਿਤਾ ਦੇ ਵਿੱਚ ਜਿਹੜੀ ਹੈ ਉਸੀ ਹੀ ਆਵਾਜ਼ ਜਿਹੜੀ ਹੈ ਦਰਸਾਈ ਗਈ ਹੈ ਕਿ ਮੌਤ ਨੂੰ ਕਵਿਤਾ ਵਿੱਚ ਮੌਤ ਇੱਕ ਸਮੱਸਿਆ ਦੱਸਿਆ ਗਿਆ ਨਹੀਂ ਇਹ ਇੱਕ ਜੀਵਨ ਦਾ ਢੰਗ ਜਿਹੜਾ ਹੈ ਦੱਸਿਆ ਗਿਆ ਤਾਂ ਇਹ ਜਿਹੜਾ ਹੈ ਕਹਿੰਦੇ ਵੀ ਸਮੱਸਿਆ ਵੀ ਜਿਹੜੀ ਹੈ ਮੌਤ ਨੂੰ ਫਤਿਹ ਕਰਨ ਦੀ ਲੋੜ ਚੋਂ ਪੈਦਾ ਹੁੰਦੀ ਹੈ ਅਤੇ ਮੌਤ ਦੀ ਅੱਖ ਨਾਲ ਦੇਖ ਕੇ ਹੀ ਜਿਹੜਾ ਹੈ ਸਮਾਜ ਸੋਹਣਾ ਲੱਗਦਾ ਹੈ ਅਤੇ ਦੁਨੀਆਵੀ ਮੌਤ ਕਰਕੇ ਹੀ ਸੋਹਣੀ ਲੱਗਦੀ ਹੈ ਉਸ ਤੋਂ ਬਾਅਦ ਆਪਣਾ ਨੈਕਸਟ ਚੈਪਟਰ ਦੇਖ ਮਨਾ ਇਹ ਤਾਂ ਘਰ ਵਰਗੀ ਹੈ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ ਤਾਂ ਇਸ ਨਿਬੰਧ ਦਾ ਵਿਸ਼ਾ ਵਸਤੂ ਲੇਖਕ ਦੁਆਰਾ ਅਮਰਜੀਤ ਚੰਦਨ ਦੇ ਕਾਵ ਸੰਗ੍ਰਹਿ ਪਰਦੇਸੀ ਢੋਲਾ ਦੇ ਵਿੱਚ ਉਸ ਦੁਆਰਾ ਆਪਣੇ ਪਰਦੇਸੀ ਹੋਣ ਸੰਬੰਧੀ ਵਿਚਾਰ ਜਿਹੜੇ ਨੇ ਉਹ ਭਾਵ ਸੰਬੰਧੀ ਪ੍ਰਗਟ ਕੀਤੇ ਗਏ ਨੇ ਤੇ ਆਲੋਚਨਾਤਮਕ ਚਰਚਾ ਜਿਹੜੀ ਹੈ ਕੀਤੀ ਗਈ ਹੈ ਨਵਤੇਜ ਭਾਰਤੀ ਨੇ ਅਮਰਜੀਤ ਚੰਦਨ ਦੇ ਕਾਵ ਸੰਗ੍ਰਹਿ ਪਰਦੇਸੀ ਢੋਲਾ ਦੀ ਆਦਿਕਾ ਵੱਜੋਂ ਕਿਹੜੇ ਨਿਬੰਧ ਨੂੰ ਲਿਖਿਆ ਹੈ ਦੇਖ ਮਨਾ ਇਹ ਤਾਂ ਘਰ ਵਰਗੀਏ ਜਿਸ ਨੂੰ ਆਪਾਂ ਇਸ ਨਿਬੰਧ ਦੇ ਵਿੱਚ ਦੇਖਦੇ ਹਾਂ ਉਸ ਤੋਂ ਬਾਅਦ ਹੈ ਕੁਲਵੰਤ ਗਰੇਵਾਲ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ ਕੁਲਵੰਤ ਗਰੇਵਾਲ ਦੀ ਕਵਿਤਾ ਦਾ ਆਲੋਚਨਾਤਮਕ ਮੁਲਾਂਕਣ ਕਰਨਾ ਹੈ ਜਾਂ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ ਕਿ ਇਸ ਨਿਬੰਧ ਦਾ ਵਿਸ਼ਾ ਵਸਤੂ ਕੁਲਵੰਤ ਗਰੇਵਾਲ ਦੀ ਲਿਖਤ ਦੀ ਆਲੋਚਨਾ ਕਰਨਾ ਹੈ ਠੀਕ ਹੈ ਅਗਰ ਤੁਹਾਨੂੰ ਨਹੀਂ ਯਾਦ ਰਹਿੰਦਾ ਵੀ ਇਹਨਾਂ ਨੇ ਕਵਿਤਾ ਲਿਖੀ ਆ ਜਾਂ ਲੇਖ ਲਿਖੇ ਆ ਤਾਂ ਤੁਸੀਂ ਜਿਹੜਾ ਹੈ ਲਿਖਤ ਕਲਿੱਕ ਸਕਦੇ ਹੋ ਠੀ ਲੇਖਣ ਲਿਖ ਸਕਦੇ ਹੋ ਮਿੱਟੀ ਦਾ ਸੋਲਾ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ ਮਨੁੱਖੀ ਸਰੀਰ ਅਤੇ ਕਵਿਤਾ ਦਾ ਸੰਬੰਧ ਦਰਸਾਉਣਾ ਕਬੀਰ ਜੀ ਮਨੁੱਖੀ ਸਰੀਰ ਬਾਰੇ ਕੀ ਕਹਿੰਦੇ ਨੇ ਤਾਂ ਇਹ ਕਹਿੰਦੇ ਨੇ ਕਿ ਦੇਹੀ ਨੂੰ ਤੱਕ ਦੇਵਤੇ ਵੀ ਸਿਮਰਦੇ ਨੇ ਬੰਦੇ ਨਾਲ ਈਰਖਾ ਕਰਦੇ ਨੇ ਵੀ ਜਿਹੜਾ ਦੇ ਹੈ ਦੇ ਕਰਕੇ ਸਰੀਰ ਕਰਕੇ ਦੇਵਤੇ ਵੀ ਸਿਮਰਦੇ ਨੇ ਠੀਕ ਹੈ ਸਰੀਰ ਨੂੰ ਅਤੇ ਬੰਦੇ ਨਾਲ ਈਰਖਾ ਕਰਦੇ ਨੇ ਤਾਂ ਮਿੱਟੀ ਦਾ ਸੋਲਾ ਜਿਹੜਾ ਹੈ ਇਸ ਨਿਬੰਧ ਦੇ ਵਿੱਚ ਮਨੁੱਖੀ ਸਰੀਰ ਅਤੇ ਕਵਿਤਾ ਦਾ ਸੰਬੰਧ ਜਿਹੜਾ ਹੈ ਦੱਸਿਆ ਗਿਆ ਹੈ ਇਛਰਾ ਤੇ ਉਲਗਾ ਨਿਬੰਧ ਦਾ ਵਿਸ਼ਾ ਜਿਹੜਾ ਹੈ ਕੀ ਹੈ ਤਾਂ ਇਛਰਾ ਅਤੇ ਉਲਗਾ ਨਿਬੰਧ ਦਾ ਵਿਸ਼ਾ ਕੀ ਹੈ ਕਿ ਇਸ ਕਵਿਤਾ ਦੇ ਵਿੱਚ ਜਿਹੜਾ ਹੈ ਕਿਹਾ ਗਿਆ ਹੈ ਕਿ ਜੋ ਘਟਨਾਵਾਂ ਸਾਹਮਣੇ ਨਹੀਂ ਆਉਂਦੀਆਂ ਉਸ ਨੂੰ ਵੀ ਪੇਸ਼ ਕਵਿਤਾ ਕਰ ਦਿੰਦੀ ਹੈ ਤੇ ਸਭ ਦੇ ਦੁੱਖ ਨੂੰ ਜਿਹੜਾ ਹੈ ਸਾਂਝਾ ਕਰ ਦਿੰਦੀ ਹੈ ਜਿਵੇਂ ਕਿ ਟੋਰਾਂਟੋ ਦੀ ਲਾਇਬ੍ਰੇਰੀ ਵਿੱਚ ਸਿੱਖਾਂ ਦੀ ਅਰਦਾਸ ਵਿਚਲੇ ਹਵਾਲੇ ਨਾਲ ਪੜ੍ਹੀ ਕਵਿਤਾ ਨੇ ਸਿੱਖ ਇਤਿਹਾਸ ਦੇ ਇਛੜਾ ਵਰਗੀਆਂ ਪੁੱਤਰਾਂ ਨੂੰ ਖੂਹਾਂ ਦੇ ਚੁਕੀਆਂ ਮਾਵਾਂ ਦੇ ਦੁੱਖ ਨੂੰ ਅਤੇ ਅਰਜنٹੀਨਾ ਦੇ ਵਿੱਚ ਉਲਗਾ ਵਰਗੀਆਂ ਪੁੱਤਰਾਂ ਨੂੰ ਖੋ ਚੁਕੀਆਂ ਮਾਵਾਂ ਦਾ ਦੁੱਖ ਜਿਹੜਾ ਹੈ ਸਾਂਝੇ ਤੌਰ ਤੇ ਪੇਸ਼ ਕੀਤਾ ਗਿਆ। ਜਦੋਂ ਲੇਖਕ ਨੂੰ ਪਰਦੇਸੀ ਪੰਜਾਬ ਦੇ ਸੰਪਾਦਕ ਨੇ ਕਿਹਾ ਕਿ ਉਸਨੇ ਕਵਿਤਾ ਬਗਾਨੀਆਂ ਮਾਵਾਂ ਦੇ ਬਾਰੇ ਕਿਉਂ ਲਿਖੀ ਹੈ ਆਪਣੀਆਂ ਸਿੱਖ ਮਾਵਾਂ ਦੇ ਬਾਰੇ ਕਿਉਂ ਨਹੀਂ ਲਿਖੀ ਤਾਂ ਕੋਲ ਬੈਠੀ ਕਮਾਨੇ ਕੀ ਕਿਹਾ ਉਹ ਕਹਿੰਦੇ ਵੇ ਭਾਈ ਹੋਰ ਇਹ ਕਵਿਤਾ ਕਿਨਾਂ ਬਾਰੇ ਹੈ ਮਾਂ ਵੀ ਕਦੇ ਉਪਰੀ ਹੋਈ ਹੈ ਵੀ ਮਾਂ ਹਮੇਸ਼ਾ ਕੀ ਹੁੰਦੀ ਹੈ ਸਾਂਝੀ ਹੁੰਦੀ ਹੈ ਤਾਂ ਫੇਰ ਇੱਕ ਹੋਰ ਬਹੁਤ ਹੀ ਜ਼ਿਆਦਾ ਅੱਛਾ ਵਾਲਾ ਜਿਹੜਾ ਹੈਗਾ ਆਪਣਾ ਕਲਮ ਠੀਕ ਹੈ ਬਹੁਤ ਇੰਪੋਰਟੈਂਟ ਹੈ ਇਹ ਵਿਨਿਬੰਦ ਕਲਮ ਨਿਬੰਧ ਦਾ ਵਿਸ਼ਾ ਜਿਹੜਾ ਹੈ ਲੇਖਕ ਦੁਆਰਾ ਆਪਣੇ ਲਿਖਣ ਸੰਬੰਧੀ ਗੱਲਾਂ ਕਰਦਿਆਂ ਜਿਹੜਾ ਹੈ ਦੱਸਿਆ ਗਿਆ ਹੈ ਕਿ ertid ਉੱਤੇ ਪਹਿਲਾਂ ਉਹ ਵਿਚਾਈ ਸਵਾ ਦੇ ਉੱਤੇ ਉਂਗਲਾਂ ਨਾਲ ਲਿਖਦਾ ਸੀ ਫੇਰ ਜਿਹੜਾ ਹੈ ਕਲਮ ਤੋਂ ਪੈਨਸਲ ਤੱਕ ਪਹੁੰਚਿਆ ਆਪਣੇ ਛੋਟੇ ਸਕੂਲ ਦੇ ਹੈਡਮਾਸਟਰ ਲਾਲਾ ਹੇਮਰਾਜ ਦੀ ਪ੍ਰਬੀਨ ਕਾਤਬ ਅਤੇ ਕਲਮ ਤਰਾਸ਼ ਸ਼ਖਸੀਅਤ ਦੀ ਕਲਮਾ ਘੜਨ ਅਤੇ ਸੋਹਣੇ ਉਰਦੂ ਦੇ ਅੱਖਰ ਲਿਖਣ ਦੀ ਮਹਾਰਤ ਬੰਦੇ ਵੀ ਜਾਣਕਾਰੀ ਦਿੰਦੀ ਹੈ 1960 ਦੇ ਲਗਭਗ ਕਾਰਪੋਰੇਟ ਜਗਤ ਨੇ ਜਦੋਂ ਭਾਰਤ ਵਿੱਚ ਪ੍ਰਵੇਸ਼ ਕੀਤਾ ਤੇ ਕਲਮ ਜਿਹੜੀ ਹੈ ਅਲੋਪ ਹੋ ਗਈ ਕਿਉਂਕਿ ਪੈਨਸਲਾਂ ਪੈਨ ਆ ਗਏ ਤਾਂ ਉਸ ਦੇ ਸੱਭਿਆਚਾਰ ਦੇ ਉੱਤੇ ਵੀ ਜਿਹੜਾ ਸੀ ਹਮਲਾ ਬੋਲਣ ਦੀ ਕਹਾਣੀ ਨੂੰ ਜਿਹੜਾ ਪੇਸ਼ ਕੀਤਾ ਹੈ ਵਿਸ਼ਵੀਕਰਨ ਦੇ ਫਾਇਦੇ ਤੇ ਨੁਕਸਾਨ ਵੀ ਦੱਸੇ ਨੇ ਇਸ ਲਿਖੰਦੇ ਦਾ ਜਿਹੜਾ ਵਿਸ਼ਾ ਹੈ ਮੌਲਿਕ ਹੈ ਰੋਚਕ ਹੈ ਸਵਾਦਲਾ ਬਹੁਤ ਹੀ ਜਾਣਕਾਰੀ ਭਰਪੂਰ ਹੈ ਹੁਣ ਲਾਲਾ ਹੀਮਰਾਜ ਕੌਣ ਸੀ ਨਵਤੇਜ ਭਾਰਤੀ ਦਾ ਛੋਟੇ ਸਕੂਲ ਦਾ ਹੈਡਮਾਸਟਰ ਸੀ ਉਸ ਦੀ ਸੂਰਤ ਕਿਉਂ ਜੀ ਸੀ ਉਹ ਇੱਕ ਮਾਹਰ ਕਤਤਪ ਕਤਮ ਹੁੰਦਾ ਇੱਕ ਚੰਗਾ ਕੜਨ ਵਾਲਾ ਕੋਈ ਚੀਜ਼ ਟਿਕਾ ਲਿਖਣ ਵਾਲਾ ਕੁਝ ਤਾਂ ਕਲਮ ਤਰਾ ਸੀ ਉਹ ਲੇਖਕ ਨੇ ਉਸ ਕੋਲ ਉਰਦੂ ਲਿਖਣਾ ਸਿੱਖਿਆ ਸੀ ਉਹ ਆਪ ਕੰਨੇ ਵੜ ਕੇ ਲੈ ਕੇ ਆਂਦਾ ਸੀ ਜਿਸ ਤੋਂ ਕਲਮਾ ਤਿਆਰ ਕਰਦਾ ਸੀ ਸੁਕਾ ਕੇ ਨੇਮ ਦੇ ਨਾਲ ਕੁਰਸੀ ਤੇ ਬੈਠ ਕੇ ਹਰ ਰੋਜ਼ ਟਾਈਮ ਲਗਾ ਕੇ ਜਿਹੜਾ ਸੀ ਸਵੇਰੇ ਸਵੇਰੇ ਚਾਕੂ ਦੇ ਨਾਲ ਕੜਮਾ ਕੱਢਦਾ ਸੀ ਲੈਹnde ਪੰਜਾਬ ਤੋਂ ਆਇਆ ਸੀ ਉੱਥੇ ਵੀ ਅਧਿਆਪਕ ਸੀ ਅਤੇ ਉਸ ਤੇ ਉਸੇੜ ਉੱਤੇ ਕੁллеਦਾਰ ਪੱਗ ਹੁੰਦੀ ਸੀ ਕੁллеਦਾਰ ਹੁੰਦੀ ਹੈ ਢੇੜੇ ਵਾਲੀ ਪੱਗ ਠੀਕ ਹੈ ਸਰੀਰ ਉਦਾਈ ਕਹਿਰਾ ਯਾਨੀ ਕਿ ਪਤਲਾ ਨਾਕ ਲੰਬਾ ਅੱਖਾਂ ਛੋਟੀਆਂ ਸਰੀਰ ਦੁਬਲਾ ਪਤਲਾ ਚਿਹਰਾ ਵੀ ਦੁਬਲਾ ਪਤਲਾ ਸੀ ਉਹ ਗੁੱਸੇ ਕੋਰ ਸੀ ਪਰ ਸੋਹਰੇ ਅਧਿਆਪਕ ਸੀ ਜਿਹੜਾ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਬੱਚਿਆਂ ਦੇ ਹੱਥਾਂ ਦੇ ਅਕੋਰਡਿੰਗ ਉਹਨਾਂ ਦੀਆਂ ਲਿਖਤਾਂ ਦੇ ਅਕੋਰਡਿੰਗ ਜਿਹੜਾ ਸੀ ਕਲਮਾ ਤਰਾਸ਼ ਕੇ ਦਿੰਦਾ ਸੀ ਲੇਖਕ ਨੇ ਗੁਰਮ ਅਰੰਭ ਦੇ ਵਿੱਚ ਗੁਰਮੁਖੀ ਅੱਖਰ ਕਿੱਥੇ ਅਤੇ ਕਿਸ ਤਰ੍ਹਾਂ ਲਿਖਣੇ ਸਿੱਖੇ ਸੀ ਤਾਂ ਇਸਨੇ ਗੁਰਮੁਖੀ ਅੱਖਰ ਸੰਤ ਅਰਜਨ ਸਿੰਘ ਤੋਂ ਭਾਂਡੇ ਮਾਂਜਣ ਵਾਲੇ ਸਵਾਰ ਦੇ ਨਾਲ ਜਿਹੜਾ ਤਰਤੀ ਦੇ ਉੱਤੇ ਵਿਛਾ ਕੇ ਉਂਗਲਾਂ ਨਾਲ ਲਿਖਣੇ ਸਿੱਖੇ ਸੀ ਅਤੇ ਸંત ਸਿੰਘ ਨੇ ਉਸ ਦੇ ਲਿਖੇ ਹੋਏ ਅੱਖਰ ਦੇਖਦੇ ਅਤੇ ਤੀਰ ਦੇ ਨਾਲ ਓਖਰਾਂ ਦੀ ਗੁਲਾਈ ਜਿਹੜੀ ਸੀ ਸਹੀ ਕਰਦੇ ਸੀ ਕਿਉਂਕਿ ਜਦੋਂ ਇਹ ਲਿਖਦੇ ਸੀ ਕਈ ਵਾਰ ਗੁਲਾਈ ਗਲਤ ਹੋ ਜਾਂਦੀ ਸੀ ਤਾਂ ਉਹ ਸੈੱਟ ਕਰ ਦਿੰਦੇ ਸੀ ਧਰਤੀ ਉਤੇ ਲਿਖਣ ਦੇ ਕੀ ਫਾਇਦੇ ਸੀ ਕਿ ਧਰਤੀ ਭਾਲਣੀ ਨਹੀਂ ਸੀ ਪੈਂਦੀ ਹਰ ਜਗ੍ਹਾ ਤੇ ਉੱਤੇ ਸੀ ਮੁਕਦੀ ਨਹੀਂ ਸੀ ਅਤੇ ਨਾ ਹੀ ਉਂਗਲ ਦੇ ਨਾਲ ਜਿਹੜੀ ਸੀ ਆਪਾਂ ਕਹਿ ਸਕਦੇ ਹਾਂ ਸ਼ਿਆਹੀ ਮੁਕਦੀ ਸੀ ਸੁੱਕਦੀ ਸੀ ਸਭ ਕੁਝ ਮੁਫਤ ਮਿਲਦਾ ਸੀ ਅਤੇ ਧਰਤੀ ਤੇ ਅੱਖਰ ਬਣਾਉਣੇ ਖੇਡ ਖਿਡਣੇ ਵਰਗੇ ਹੁੰਦੇ ਨੇ ਲੇਖਕ ਨੇ ਅੱਖਰ ਲਿਖਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਸਭ ਤੋਂ ਪਹਿਲਾਂ ਤਾਂ ਉਸਨੇ ਧਰਤੀ ਦੇ ਉੱਤੇ ਸੁਆਹ ਫਿਰ ਆਪਣੀ ਉਂਗਲੀ ਦੇ ਨਾਲ ਅੱਖਰ ਲਿਖੇ ਫਿਰ ਪੈਨਸਲ ਦੇ ਨਾਲ ਕਾਗਜ਼ ਦੇ ਟੁਕੜਿਆਂ ਤੇ ਲਿਖਣਾ ਸ਼ੁਰੂ ਕੀਤਾ ਫਿਰ ਫੱਟੀ ਦੇ ਉੱਤੇ ਵੀ ਜਿਹੜਾ ਸੀਗਾ ਉਸਨੇ ਕਲਮ ਨਾਲ ਲਿਖਿਆ ਅਤੇ ਬਾਅਦ ਦੇ ਵਿੱਚ ਉਸਨੇ ਡੰਕ ਅਤੇ ਫਿਰ ਪੈਨ ਦੀ ਵੀ ਜਿਹੜਾ ਸੀ ਯੂਜ਼ ਕੀਤਾ ਸਭ ਤੋਂ ਪਹਿਲੀ ਕਵਿਤਾ ਉਸਨੇ ਕਦੋਂ ਲਿਖੀ ਸੀ ਕਿੱਥੇ ਛਪੀ ਸੀ ਚੌਥੀ ਜਮਾਤ 'ਚ ਜਦੋਂ ਨਵਤੇਜ ਭਾਰਤੀ ਸੀ ਉਸਦੀ ਪਹਿਲੀ ਕਵਿਤਾ ਜਿਹੜੀ ਸੀਗੀ ਛਪੀ ਸੀ ਪ੍ਰੀਤ ਲੜੀ ਦੇ ਬਾਲ ਸੰਦੇਸ਼ ਤੇ ਵਿੱਚ ਕਲਮਾ ਘੜਦਾ ਜਿਹੜਾ ਕਲਮਤਰਾਸ਼ ਹੀਮਰਾਸੀ ਕਿਉ ਜਿਆ ਵਿਅਕਤੀ ਸੀ ਕੰਟਾ-ਕੰਟਾ ਕਲਮਾਈ ਘੜੀ ਜਾਂਦਾ ਸੀ ਹਰ ਰੋਜ਼ ਬੇਸ਼ੱਕ ਗੁੱਸੇ ਵਾਲਾ ਸੀ ਵਿਦਿਆਰਥੀਆਂ ਨੂੰ ਕੁੱਟਦਾ ਸੀ ਪਰ ਕਲਮਾ ਘੜਨ ਲੱਗੇ ਬੜੇ ਸ਼ਾਂਤ ਪਿਆਰ ਨਰਮ ਨਰਮ ਇਕਾਗਰ ਚਿੱਤ ਤਰੀਕੇ ਦੇ ਨਾਲ ਕਲਮਾ ਘੜਦਾ ਸੀ ਹਰ ਰੋਜ਼ ਜਿਹੜਾ ਸੀ ਉਹ ਕਲਮਾ ਘੜਦਾ ਸੀ ਬੱਚਿਆਂ ਵੀ ਕਿਉ ਜੀਆਂ ਕਲਮਾ ਕਿਵੇਂ ਦੀਆਂ ਕਲਮਾ ਘੜਦਾ ਸੀ ਉਹਨਾਂ ਦੇ ਹੱਥਾਂ ਦੀ ਮੰਤਰ ਰਿਕਾਰਡਿੰਗ ਸਵੇਰ ਆਦਤਾਂ ਨੂੰ ਧਿਆਨ ਚ ਰੱਖ ਕੇ ਕਲਮਾ ਘੜਦਾ ਸੀ ਉਸ ਨੂੰ ਪਤਾ ਸੀ ਕਿ ਕਿਹੜੇ ਵਿਦਿਆਰਥੀ ਨੂੰ ਕਿਵੇਂ ਦੀ ਕਲਮਾ ਚਾਹੀਦੀ ਹੈ ਤੱਕ ਕਲਮਾ ਘੜਨ ਦੇ ਸਮੇ ਅਹਿਮ ਰਾ ਦੇ ਧਿਆਨ ਦੀ ਸ਼ਿਕਰ ਕਦੋਂ ਹੁੰਦੀ ਸੀ ਜਦੋਂ ਉਹ ਕਲਮ ਦੇ ਉੱਤੇ ਟੱਕ ਦਿੰਦਾ ਚੀਰਾ ਦਿੰਦਾ ਉਸ ਨੂੰ ਹੱਥਾਂ ਨੂੰ ਪਤਾ ਹੋਣਾ ਸੀ ਟੱਕ ਟੀੜਛਾ ਲਾਉਣਾ ਹੈ ਸਿੱਧਾ ਲਾਉਣਾ ਹੈ ਬਰੀਕ ਲਾਉਣਾ ਹੈ ਜਾਂ ਮੋਟਾ ਲਾਉਣਾ ਅਰਬੀ ਫਾਰਸੀ ਦੇ ਅੱਖਰਾਂ ਦੀ ਲਿਖਤ ਕਿਹੋ ਜੀ ਹੁੰਦੀ ਹੈ ਤਾਂ ਅਰਬੀ ਫਾਰਸੀ ਦੇ ਜਿਹੜੇ ਅੱਖਰਾਂ ਦੀ ਕਿਤਾਬਤ ਯਾਨੀ ਕਿ ਲਿਖਤ ਜਿਹੜੀ ਹੈ ਉਹ ਗੁਰਮੀ ਗੁਰਮੀ ਕੀ ਅੱਖਰਾਂ ਨਾਲੋਂ ਵਧੇਰੇ ਵਾਹੋ ਹੁੰਦਾ ਹੈ ਲਿਖਾਵਾਂ ਜਵਾਂਸ ਵੰਤਾਂ ਹੁੰਦੀਆਂ ਕਿਤਰੋਂ ਇਹ ਪਤਲੀਆਂ ਕਿਤਰੋਂ ਇਹ ਚੌੜੀਆਂ ਹੁੰਦੀਆਂ ਨੇ ਫਿਰ ਇਹਨਾਂ ਨੂੰ ਲੋੜ ਅਨੁਸਾਰ ਲੰਬੀਆਂ ਛੋਟੀਆਂ ਵੀ ਕੀਤਾ ਜਾ ਸਕਦਾ ਹੈ ਇੱਕ ਦੂਜੇ ਪਾਸੇ ਤੋਂ ਇਹ ਹੇਠੇ ਉੱਤੇ ਤੋਂ ਆਉਂਦੀਆਂ ਨੇ ਇਸ ਕਰਕੇ ਜਿਹੜਾ ਹੈ ਇਸਲਾਮ ਦੇ ਵਿੱਚ ਮੂਰਤੀਕਾਰੀ ਦਾ ਵਰਜਿਤ ਹੋਣਾ ਇਸ ਤਰ੍ਹਾਂ ਜਾਬਦਾ ਹੈ ਅਤੇ ਇਹ ਜਿਹੜੇ ਨੇ ਆਪਣੇ ਅੱਖਰਾਂ ਨੂੰ ਹੀ ਬਹੁਤ ਸੋਹਣੇ ਜਿਹੜੇ ਹੈ ਅਰਬੀ ਫਾਰਸੀ ਦੇ ਵਿੱਚ ਰੂਪ ਦਿੰਦੇ ਨੇ ਗੁਰਮੁਖੀ ਵਿੱਚ ਕਿਤਾਬਤ ਦੀ ਪਰੰਪਰਾ ਕਿਉਂ ਨਹੀਂ ਤੁਰੀ ਗੁਰਮੁਖੀ ਵਿੱਚ ਕਿਤਾਬਤ ਦੀ ਪਰੰਪਰਾ ਦੇ ਪ੍ਰਚਲਿਤ ਹੋਣ ਨਾ ਹੋਣ ਦਾ ਕਾਰਨ ਹੈ ਲਿਖ ਕੇ ਸਮਝਾ ਕਿ ਗੁਰਮੁਖੀ ਦੇ ਅੱਖਰ ਜਿਹੜੇ ਨੇ ਸਾਦੇ ਸੰਜਮ ਵਾਲੇ ਨੇ ਇਹ ਪੜਨ ਲਈ ਵਧੇਰੇ ਨੇ ਵੇਖਣ ਲਈ ਘੱਟ ਨੇ ਠੀਕ ਹੈ ਐਨੇ ਜਿਆਦਾ ਮਤਲਬ ਕਿ ਸੋਹਣੇ ਨਹੀਂ ਅੱਖਰ ਹੁੰਦੇ ਜਿਨਨੇ ਕਿ ਅਰਬੀ ਫਾਰਸੀ ਦੇ ਹੁੰਦੇ ਨੇ ਇਹ ਆਧਾਰ ਰੇਖਾ ਨਾਲ ਬੱਜੇ ਰਹਿੰਦੇ ਨੇ ਅਤੇ ਲੰਬਾਈ ਜੁੜਾਈ ਸਭ ਦੀ ਇੱਕੋ ਜੀ ਲੱਗਦੀ ਹੈ ਕਲਮ ਦੀ ਕਲਪਨਾ ਲਈ ਖੁੱਲਾ ਸਮਾਨ ਜਿਹੜਾ ਹੈ ਘਟ ਜਾਂਦਾ ਹੈ ਹੇਮ ਰਾਜ ਦੀ ਕਲਮ ਨੇ ਲੇਖਕ ਨੂੰ ਕੀ ਸਿਖਾਇਆ ਰੇਖਾ ਵੇਖਣੀ ਸਿਖਾਈ ਜੋ ਸ਼ਬਦ ਦੇਖਦਾ ਸੀਗਾ ਤੇ ਉਹ ਪੂਰੀ ਤਰ੍ਹਾਂ ਨਹੀਂ ਸੀ ਤਾਂ ਇੱਕਦਮ ਜਿਹੜਾ ਇਹ ਤਿਲਕ ਜਾਂਦਾ ਸੀ ਤਾਂ ਕਿਉਂਕਿ ਜਦੋਂ ਹੀਮਰਾਜ ਲਿਖਦਾ ਸੀ ਤਾਂ ਲੇਖਕ ਕਹਿੰਦਾ ਕਿ ਉਹ ਜਾਦੂ ਤਰੀਕੇ ਦੇ ਨਾਲ ਜਿਹੜਾ ਸੀਗਾ ਐਦਾਂ ਲੱਗਦਾ ਸੀ ਵੀ ਅੱਖਰ ਜਿਹੜੇ ਹੈ ਨੱਚਣ ਲੱਗ ਜਣ ਗਾਣ ਲੱਗ ਜਣ ਅਤੇ ਜਿਹੜਾ ਹੈ ਤੁਰਨ ਲੱਗ ਜਣ ਉਸ ਤੋਂ ਬਾਅਦ ਹੈ ਲੇਖਕ ਅਨੁਸਾਰ ਕਲਮ ਦਾ ਇਤਿਹਾਸ ਕਦੋਂ ਤੋਂ ਸ਼ੁਰੂ ਹੋਇਆ ਕਦੋਂ ਤੋਂ ਖਤਮ ਹੋਇਆ ਲੇਖਕ ਕਹਿੰਦਾ ਕਿ ਕਲਮ ਦਾ ਇਤਿਹਾਸ 6-7 ਹਜ਼ਾਰ ਬਰੇ ਲੰਬਾ ਦੱਸਿਆ ਜਾਂਦਾ 1960 ਤੋਂ ਛੇਤੀ ਪਿਛੋ ਲਿਖਣ ਲਈ ਨਵੇਂ ਸੰਦ ਆ ਗਏ ਪੈਨ ਆ ਗਏ ਠੀਕ ਹੈ ਪੈਨਸਲ ਆ ਗਈ ਆ ਨੋਟਬੁక్స్ ਆ ਗਈਆਂ ਤਾਂ ਉਸ ਤੋਂ ਬਾਅਦ ਇਹ ਲੇਖਕ ਨੂੰ ਪੰਜਵੀਂ ਪੜਦਿਆਂ ਸਮੇਂ ਇਨਾਮ ਚ ਕੀ ਮਿਲਿਆ ਕਾਲਗੇਟ ਟੂਥਬ੍ਰਸ਼ ਅਤੇ ਪੇਸਟ ਦੀ ਇੱਕ ਟਿਊਬ ਮਿਲੀ ਨਾਲ ਦੋ ਕਾਪੀਆਂ ਮਿਲੀਆਂ ਕਾਲਗੇਟ ਰੂਪੀ ਕਾਰਪੋਰੇਟ ਅੱਜ ਕੀ ਕਰ ਰਿਹਾ ਕਾਲਗੇਟ ਰੂਪੀ ਕਾਰਪੋਰੇਟ ਅੱਜ ਕੇਵਲ ਕਲਮ ਤੇ ਹੀ ਨਹੀਂ ਸੋਗੋਸਾਨੀ ਕਿਕਰ ਨਿਮਾ ਤੇ ਸੱਭਿਆਚਾਰ ਤੇ ਵੀ ਹਮਲਾ ਹੋ ਰਿਹਾ ਹੈ ਕਿਕਰ ਅਤੇ ਨਿੰਮ ਦੀਆਂ ਟਾਹਣੀਆਂ ਨੂੰ ਇਸਨੇ ਖਤਮ ਕਰ ਦਿੱਤਾ ਹੈ ਅਤੇ ਇੱਕ ਅਮਰੀਕਨ ਕੰਪਨੀ ਇਸ ਨੂੰ ਪੇਟੈਂਟ ਕਰਵਾ ਰਹੀ ਹੈ। ਸੋ ਉਸ ਤੋਂ ਬਾਅਦ ਆਪਾਂ ਨੈਕਸਟ ਵਾਲਾ ਕਨਸੈਪਟ ਕਰਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਠੀਕ ਹੈ ਮਿਲਦੇ ਆ ਨਵੇਂ ਵੀਡੀਓ ਦੇ ਨਾਲ।